ਇੰਦੀ ਇੱਧਰ ਆ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ। ਹਾਂਜੀ ਮਾਂ। ਹੁਣ ਤੂੰ 28 ਸਾਲਾਂ ਦਾ ਹੋ ਗਿਆ, ਹੁਣ ਤੇਰੇ ਵਿਆਹ ਕਰਾਉਣ ਦਾ ਟਾਈਮ ਆ ਗਿਆ ਆ। ਦੇਖ ਲਾ, ਪ੍ਰੀਤੋ ਦੇ ਮੁੰਡੇ ਦਾ ਵੀ ਵਿਆਹ ਹੋ ਗਿਆ, ਉੱਥੇ ਜੱਗੇ ਦੇ ਮੁੰਡੇ ਦਾ ਵੀ ਵਿਆਹ ਹੋ ਗਿਆ, ਹੁਣ ਤਾਂ ਤੇਰੀ ਭੈਣ ਦਾ ਵੀ ਵਿਆਹ ਹੋ ਗਿਆ। ਹੁਣ ਮੈਂ ਚਾਹੁੰਦੀ ਹਾਂ ਤੂੰ ਵੀ ਮੇਰੇ ਲਈ ਸੋਹਣੀ ਜੀ ਨੂੰ ਲੱਭ ਕੇ ਲਿਆ। ਹਾਂਜੀ ਮਾਂ, ਮੈਂ ਲੱਭਦਾ। ਚਲੋ ਹੁਣ ਮੈਂ ਚੱਲਾਂ ਦੀਵੇ ਲੈ ਕੇ, ਤੁਹਾਡੀ ਨੂੰ ਹੁਣ ਲੱਭ ਕੇ ਹੀ ਲਿਆਉਂਗਾ। Excuse me. Yes. Hello. Hi. ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਸੀ। ਦੱਸੋ। ਮੈਂ ਕਹਿਣਾ ਸੀਗਾ ਤੁਸੀਂ ਠੀਕ ਠਾਕ ਹੋ? Yeah, of course. Thank you.
ਸਭੇ ਸਭ ਲੈਨੇ ਆ ਕਿਹੜਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿੰਦੇ ਆ ਚੁੰਨ
ਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਲੱਭਦੀ ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਐ ਪਸੰਦ ਵਿੱਚ ਸੋਹਣੀਏ ਵਿੱਚੋਂ ਲਾਪਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਨਰਾਜ ਮੈਥੋਂ ਕੁੜੀਆਂ ਵੀ ਗੁੱਸੇ ਫਿਰਦੇ ਆ ਸਾਰੇ ਮੇਰੇ ਨਾਲ ਰੁੱਸੇ ਰੁੱਸੇ ਓ ਯਾਰ ਵੀ ਨਰਾਜ ਮੈਥੋਂ ਕੁੜੀਆਂ ਵੀ ਗੁੱਸੇ ਫਿਰਦੇ ਆ ਸਾਰੇ ਮੇਰੇ ਨਾਲ ਰੁੱਸੇ ਰੁੱਸੇ ਦਿਲ ਬੜੀਆਂ ਦੇ ਤੋੜੇ ਜਦੋਂ ਰਿਸ਼ਤੇ ਮੈਂ ਜੋੜੇ ਸੌ ਰੱਬ ਦੀ ਮਿੱਤਰੋ ਨਜ਼ਾਰਾ ਆਇਆ ਮੋਰ ਸ਼ਣਾ ਮੁੰਡਾ ਨੋ ਮੋਰ ਸ਼ਣਾ ਮੁੰਡਾ ਨੋ ਮੋਰ ਸ਼ਣਾ